ਚੜ੍ਹਦੀਕਲਾ ਟਾਈਮ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਿੰਦਰ ਸਿੰਘ ਤੇ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਹੁਣ ਤੱਕ ਦੀਆਂ ਖਾਸ ਖਬਰਾਂ ਤੇ। ਇਰਾਕ ਵਿੱਚ ਫਸੇ ਭਾਰਤੀਆਂ ਦੀ ਵਤਨ ਵਾਪਸੀ ਲਈ ਭਾਰਤ ਸਰਕਾਰ ਯਤਨਸ਼ੀਲ, ਪੰਜਾਬ ਸਰਕਾਰ ਵੀ ਲਗਾਤਾਰ ਕੇਂਦਰ ਦੇ ਸੰਪਰਕ ਵਿੱਚ, ਕਿਹਾ ਮੁੱਖ ਮੰਤਰੀ ਬਾਦਲ ਨੇ। ਨਾਭਾ ਵਿਖੇ ਇੱਕ ਕੱਪੜੇ ਦੇ ਵਪਾਰੀ ਤੋਂ ਕਰੀਬ 6 ਲੱਖ ਰੁਪਏ ਦੀ ਲੁੱਟ, ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਦੀ ਭਾਲ ਵਿੱਚ ਜੁਟੀ ਨਾਭਾ ਪੁਲਿਸ। ਦਿੱਲੀ ਵਿੱਚ ਸੋਮਵਾਰ ਤੋਂ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਦਾਖਲੇ ਹੋਣਗੇ ਸ਼ੁਰੂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਕਾਲਜਾਂ ਵਿੱਚ ਘੱਟ ਗਿਣਤੀਆਂ ਨੂੰ ਮਿਲਣਗੀਆਂ ਖਾਸ ਰਿਆਇਤਾਂ। ਅਤੇ ਸਿਹਤ ਸਹੂਲਤਾਂ ਤੋਂ ਵਾਂਝਾ ਪਠਾਨਕੋਟ ਦੇ ਜੁਗਿਆਲ ਸ਼ਾਹਪੁਰ ਕੰਡੀ ਦਾ ਸਰਕਾਰੀ ਹਸਪਤਾਲ, ਬਾਹਰੋਂ ਵੱਧ ਰੇਟਾਂ ਤੇ ਦਵਾਈਆਂ ਅਤੇ ਟੈਸਟ ਕਰਵਾਉਣ ਲਈ ਮਜਬੂਰ ਨੇ ਮਰੀਜ਼। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਰਾਕ ਦੇ ਗ੍ਰਹਿ ਯੁੱਧ ਵਿੱਚ ਫਸੇ ਭਾਰਤੀਆਂ ਦੀ ਵਤਨ ਵਾਪਸੀ ਲਈ ਭਾਰਤ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਨਾਲ ਲਗਾਤਾਰ ਸੰਪਰਕ ਵਿੱਚ ਹੈ। ਸਵਰਾਜ ਕੋਲ ਮੈਂ ਦੋ ਵਾਰੀ ਗਿਆ, ਦੋ ਦਿਨ ਹੋਏ ਮੈਂ, ਫਿਰ ਜਿਹੜਾ ਸੈਕਟਰੀ ਹੈ ਜਿਹੜਾ ਜਿਹਨੂੰ ਸਾਰੇ ਹਿੰਦੁਸਤਾਨ ਦਾ, ਉਹਨਾਂ ਨੇ ਆਖਿਆ ਵੀ ਇਹ ਦੇਖੂਗਾ, ਉਹਦੇ ਕੋਲ ਵੀ ਜਾ ਕੇ ਬਾਹਰ ਜਿਹੜੇ ਫਸੇ ਆ ਉਹਨਾਂ ਨਾਲ ਵੀ ਕਈ ਥਾਂ 'ਤੇ ਤਾਲਮੇਲ ਹੁੰਦਾ ਹੈ। ਔਰ ਅੱਜ ਤੁਸੀਂ ਪੜ੍ਹ ਲਿਆ ਨਾ, ਹਿੰਦੁਸਤਾਨ ਦੀ ਸਰਕਾਰ ਬੜੇ ਵੱਡੇ ਪੱਧਰ 'ਤੇ ਉਹਨਾਂ ਨੂੰ ਵਾਪਸ ਲਿਆਉਣਾ ਚਾਹੁੰਦੀ ਹੈ। ਮੈਂ ਇਹ ਵੀ ਕਿਹਾ ਕਿ ਭਾਵੇਂ ਤਾਂ ਕੋਈ ਇੱਕ ਇਲਾਕਾ ਤਾਂ ਨਾ ਜਿਹੜਾ ਮਿਲੀਟੈਂਟ ਦੇ ਕਬਜ਼ੇ 'ਚ ਹੈ, ਇੱਕ ਆ ਦੂਜਾ ਸੇਫ, ਜਿਹੜਾ ਸੇਫ ਜਿਹਨੂੰ ਆਦੇ ਹੈ ਉਹਦੇ 'ਚੋਂ ਜੇ ਕੋਈ ਆਉਣਾ ਚਾਹੁੰਦਾ, ਕਈ ਆਉਣਾ ਨਹੀਂ ਚਾਹੁੰਦੇ, ਜੇ ਕੋਈ ਆਉਣਾ ਚਾਹੁੰਦਾ ਤਾਂ ਉਹਨੂੰ ਲੈ ਆਓ। ਉੱਥੇ ਇੱਕ ਕਮੀ ਹੈ ਕਿ ਜਿਹੜੇ ਉਹਨਾਂ ਦੇ ਮਾਲਕ ਉਹ ਫੈਕਟਰੀਆਂ 'ਚ ਕੰਮ ਕਰਾਉਂਦੇ ਹੈ, ਉਹ ਕੋ ਐਡਵਾਂਸ ਸੂਟ ਦਿੱਤੇ ਹੁੰਦੇ ਆ। ਮੈਂ ਕਿਹਾ ਉਹ ਵੀ ਸੈਂਟਰ ਗੌਰਮੈਂਟ ਨੂੰ ਪੇ ਕਰਨਾ ਚਾਹੀਦਾ ਹੈ, ਜੇ ਉਹ ਸਾਨੂੰ ਆਖਣ ਅਸੀਂ ਪੇ ਕਰ ਸਕਦੇ, ਪਰ ਐਜ਼ ਏ ਸਟੇਟ ਗੌਰਮੈਂਟ ਅਸੀਂ ਸਿੱਧਾ ਕੋਈ ਦਖਲ ਨਹੀਂ ਦੇ ਸਕਦੇ ਮੇਰੀ ਉੱਥੇ ਵੀ। ਅਤੇ ਅਗਲੀ ਖਬਰ ਲੁੱਟ ਦੀ ਵਾਰਦਾਤ ਦੇ ਨਾਲ ਜੁੜੀ ਹੈ। ਨਾਭਾ ਦੇ ਘੁੱਗਵਾਸ ਦੇ ਇਲਾਕੇ ਬੋੜਾ ਗੇਟ ਵਿਖੇ ਕੱਲ੍ਹ ਸ਼ਾਮ ਇੱਕ ਕੱਪੜੇ ਦੇ ਵਪਾਰੀ ਤੋਂ ਲੱਖਾਂ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ। ਦੁਕਾਨਦਾਰ ਰਜਿੰਦਰ ਸਿੰਘ ਮੁਤਾਬਕ ਦੋ ਨੌਜਵਾਨ ਚਾਕੂ ਦੀ ਨੋਕ ਤੇ ਉਸ ਤੋਂ 6 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਦੁਕਾਨਦਾਰ ਦਾ ਕਹਿਣਾ ਹੈ ਕਿ ਮੋਟਰਸਾਈਕਲ ਸਵਾਰ ਇਹ ਲੁਟੇਰੇ ਪਹਿਲਾਂ ਵੀ ਉਸਦੀ ਦੁਕਾਨ 'ਤੇ ਆਏ ਸਨ, ਪਰ ਦੁਬਾਰਾ ਪਰਤ ਕੇ ਆ ਕੇ ਇਹਨਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰੀ ਦੀ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ। ਪੁਲਿਸ ਵੀ ਇਸ ਘਟਨਾ ਨੂੰ ਵੱਖ ਵੱਖ ਪਹਿਲੂਆਂ 'ਤੇ ਜਾਂਚ ਕਰਕੇ ਜਲਦ ਸੁਲਝਾਉਣ ਦਾ ਦਾਅਵਾ ਕਰ ਰਹੀ ਹੈ। ਤੁਸੀਂ ਕਿੱਥੋਂ ਸੀ ਉਸ ਵੇਲੇ? ਮੈਂ ਦੁਕਾਨ 'ਤੇ ਸੀਗਾ। ਕਿਸ ਤਰ੍ਹਾਂ ਹੋਈ ਵਾਰਦਾਤ? ਪੈਂਟਾਂ ਲੈਣਾ ਸੀਗਾ, ਤੀਜੀ ਵਾਰੀ ਪੈਂਟ ਦਾ ਸੌਦਾ ਨਹੀਂ ਮਿਲਿਆ। ਤੀਜੀ ਵਾਰੀ ਕਹਿੰਦੇ 400 ਮੈਨੂੰ ਪੈਂਟ ਦਾ ਸੌਦਾ ਹੋਇਆ 800 ਰੁਪਏ ਦਾ, ਕਹਿੰਦੇ ਟੀ-ਸ਼ਰਟ ਵਾਹ ਦੇ, ਟੀ-ਸ਼ਰਟ ਵਾਹੀ, ਮੈਨੂੰ ਫਾਫੀ 'ਚ ਪਾਉਣ ਲੱਗਾ 250, 1000 ਰੁਪਇਆ ਮਿਲ ਗਿਆ। ਹੁਣ ਇਹ ਨਾਲ ਜਿਹੜਾ ਮੈਂ ਥੱਲੇ ਚੁੱਕਣਾ, ਉਹਨੇ ਨਾਲ ਗਿਆ ਚੱਕੂ ਰੱਖ ਤੱਕ ਤੁਹਾਡੇ ਚੱਕੂ ਰੱਖ ਪਹਿਲਾਂ ਆਏ ਸੀ ਨਾ, ਉਹਨੇ ਪੈਸੇ ਗਿਣਨਾ ਸੀ, ਮੈਂ ਪੈਸੇ ਦੇ ਲਏ ਉਹਨਾਂ ਨੇ। ਤਕਰੀਬਨ 6 ਲੱਖ ਦੀ ਹੋਈ, 4 ਲੱਖ ਦਾ ਇਕੱਠਾ ਗਿਣਿਆ ਤਾਂ ਸੀਗਾ ਜੀ, 2 ਲੱਖ ਦਾ ਤਕਰੀਬਨ ਹੋਇਆ ਸੀਗਾ। ਅਸੀਂ ਵੈਰੀਫਾਈ ਕਰ ਰਹੇ ਹਾਂ ਸਾਰਾ, ਜੋ ਵੀ ਅਸਲੀਅਤ ਆ ਸਾਹਮਣੇ ਛੇਤੀ ਨੂੰ ਵੈਰੀਫਾਈ ਕਰਕੇ ਕਲੀਅਰ ਕਰਾਂਗੇ। ਉਹ ਤਾਂ 6 ਲੱਖ ਕਹਿ ਰਹੇ ਹਾਲੇ, ਵੈਰੀਫਾਈ ਕਰ ਰਹੇ ਹਾਂ ਕਿੱਥੋਂ ਆਏ ਉਹ। ਅੱਗੇ ਸੀਸੀ ਕੈਮਰਾ ਲੱਗਾ ਉਹਦੇ 'ਚ ਚੈੱਕ ਕਰ ਰਹੇ ਹਾਂ ਵੀ ਕੌਣ ਆਇਆ ਕੌਣ ਨਹੀਂ ਆਇਆ। ਤੇ ਕਾਲੇ ਕੱਛੇ ਵਾਲਿਆਂ ਦਾ ਖੌਫ ਇੱਕ ਵਾਰ ਮੁੜ ਤੋਂ ਪੰਜਾਬ ਸਿਰ ਮੰਡਰਾਉਂਦਾ ਨਜ਼ਰ ਆ ਰਿਹਾ। ਜੀ ਹਾਂ, ਖਰੜ ਲੁਧਿਆਣਾ ਹਾਈਵੇ 'ਤੇ ਪਿੰਡ ਭਾਗੂ ਮਾਜਰਾ ਨਜ਼ਦੀਕ
ਬੀਤੀ ਰਾਤ ਕੁਝ ਅਣਪਛਾਤੇ ਲੁਟੇਰਿਆਂ ਨੇ ਬਾਗ ਵਿੱਚ ਰਹਿੰਦੇ ਇੱਕ ਪਰਿਵਾਰ ਤੇ ਹਮਲਾ ਬੋਲ ਦਿੱਤਾ। ਸੁੱਤੇ ਪਏ ਪਰਿਵਾਰ ਦੇ ਮੈਂਬਰਾਂ ਦੇ ਹੱਥ ਪੈਰ ਬੰਨ ਕੇ ਲੁਟੇਰਿਆਂ ਵੱਲੋਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ। ਇੰਨਾ ਹੀ ਨਹੀਂ, ਇਹ ਲੁਟੇਰੇ ਇਹਨਾਂ ਕੋਲੋਂ ਨਕਦੀ ਅਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਪਰਿਵਾਰ ਦੇ ਮੁਤਾਬਕ ਲੁਟੇਰਿਆਂ ਨੇ ਕਾਲੇ ਕੱਚੇ ਅਤੇ ਬਨੈਨਾ ਪਾਈਆਂ ਹੋਈਆਂ ਸਨ ਅਤੇ ਸਿਰਾਂ ਤੋਂ ਮੋਨੇ ਤੇ ਪੰਜਾਬੀ ਹਿੰਦੀ ਬੋਲਦੇ ਸਨ। ਹਮਲੇ ਦੇ ਦੌਰਾਨ ਪਰਿਵਾਰ ਦੇ 5 ਜੀਅ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ 2 ਦੀ ਨਾਜ਼ੁਕ ਹਾਲਤ ਦੇ ਚੱਲਦਿਆਂ PGI ਦਾਖਲ ਕਰਵਾਇਆ ਗਿਆ, ਜਦਕਿ ਬਾਕੀਆਂ ਦਾ ਇਲਾਜ ਵੀ ਜਾਰੀ ਹੈ। ਉਧਰ ਪੁਲਿਸ ਵੀ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।